ਸਾਡੀ ਜਗ੍ਹਾ ਜਗ੍ਹਾ ਤੇ ਟਿੱਪਰ ਰੋਕ ਕੇ ਹਨਾ ਪੁਲਿਸ ਵੱਲੋਂ ਵੀ ਸਾਨੂੰ ਤੰਗ ਕੀਤਾ ਜਾਂਦਾ ਪਹਿਲਾਂ ਤਾਂ 100 200 ਰੁਪਏ ਲੈ ਲੈਂਦੇ ਸੀ ਹੁਣ 1000 ਰੁਪਏ ਤੋਂ ਘੱਟ ਐਂਟਰੀ ਨਹੀਂ ਲੈਂਦੇ ਜਾਨੀ ਕਿ ਸਰਕਾਰਾਂ ਚੇਂਜ ਜਿਹੜੀ ਸਰਕਾਰ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਉਹ ਭ੍ਰਿਸ਼ਟਾਚਾਰ ਦੀ ਕੀਮਤ 10 ਗੁਣਾ ਵੱਧ ਗਈ ਬਿਲਕੁਲ ਸਰ ਵੱਧ ਗਈ ਹੈ ਕਿਉਂਕਿ ਸਰਕਾਰ ਨੇ ਸਖਤੀ ਕੀਤੀ ਹੋਈ ਆ ਬਾਕੀ ਮਤਲਬ ਇਹਨੇ ਸਰਕਾਰ ਨੇ ਮਤਲਬ ਜਿਹੜੇ ਡੰਪ ਖੋਲੇ ਆ ਇਹਦੇ ਨਾਲ ਮਤਲਬ ਕਿੰਨਾ ਲੱਖਾਂ ਬੰਦਾ ਮਤਲਬ ਬੇਰੋਜ਼ਗਾਰ ਹੋ ਜਾਣਾ ਪੰਜਾਬ ਦੇ ਵਿੱਚ ਭੁੱਖਮਰੀ ਪੈ ਜਾਣੀ ਆ ਜਿਨ੍ਹਾਂ ਦੀਆਂ ਲੱਖ ਲੱਖ ਡੇਢ ਡੇਢ ਲੱਖ ਦੀਆਂ ਕਿਸ਼ਤਾਂ ਨੇ ਉਹ ਕਿੱਥੋਂ ਕੱਢਣਗੇ ਕਿਸ਼ਤਾਂ ਗੱਲ ਪਤਾ ਕੀ ਗੱਲ ਇਹ ਆ ਬਾਈ ਜੀ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਵੀ ਇਹ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦੇਖਦੀ ਫਿਰਦੀ ਸੀਗੀ ਸਾਨੂੰ ਰੰਗਲਾ ਪੰਜਾਬ ਤਾਂ ਨਹੀਂ ਰੁੜਦਾ ਪੰਜਾਬ ਜ਼ਰੂਰ ਦਿਖਦਾ ਪਿਆ ਤੁਸੀਂ ਦੇਖੋ ਵੀ ਆਮ ਇਨਸਾਨ ਦਾ ਤੁਸੀਂ ਕਾਰੋਬਾਰ ਖੋ ਕੇ ਸਰ ਇੱਥੇ ਕਿੱਡੇ ਮੁੱਦੇ ਪਏ ਨੇ ਨਸ਼ਾ ਇਹਨਾਂ ਤੋਂ ਹਾਲ ਤੱਕ ਬੰਦ ਨਹੀਂ ਕਰਾਇਆ ਗਿਆ ਗੈਂਗਸਟਰ ਵਾਰ ਕਿੰਨਾ ਵਧਿਆ ਪਿਆ ਆ ਤੁਸੀਂ ਜਦਕਿ ਉਹ ਚੀਜ਼ਾਂ ਛੱਡ ਕੇ ਉੱਧਰ ਧਿਆਨ ਛੱਡ ਕੇ ਇੱਕ ਆਮ ਇਨਸਾਨ ਜਿਹੜਾ 30-30 ਸਾਲ ਤੋਂ ਕਾਰੋਬਾਰ ਕਰ ਰਿਹਾ ਆਪਣੀ ਕਮਾਈ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਉਹਦਾ ਕਾਰੋਬਾਰ ਖੋ ਕੇ ਤੁਸੀਂ ਆਪਣੇ ਲੱਤਾਂ ਵਸਾਰਨਾ ਚਾਹੁੰਦੇ ਹੋ ਦੱਸੋ ਕੀ ਹੈ ਅਸੀਂ ਤਾਂ ਸਾਰੇ ਟਿੱਪਰ ਆਪਣੇ ਇਕੱਠੇ ਕਰਕੇ ਜਿਹੜੇ ਇਹਨਾਂ ਨੇ ਸਰਕਾਰੀ ਡੰਪ ਖੋਲ੍ਹੇ ਆ ਅਸੀਂ 2-3 ਦਿਨ ਸਿਰਫ ਦੇਖਣਾ ਹੈਗਾ ਅਸੀਂ ਉੱਥੇ ਖੜੇ ਕਰ ਦੇਣੇ ਆ ਕਿਉਂਕਿ ਸਾਡਾ ਤਾਂ ਰੋਜ਼ਗਾਰ ਚਲਾ ਗਿਆ ਮਤਲਬ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਲੈਂਦੇ ਚਲੋ ਗੁਰਦੁਆਰਾ ਸਾਹਿਬ ਜਾਣ ਤਾਂ ਸਾਨੂੰ ਕੋਈ ਦੁੱਖ ਨਹੀਂ ਹੈਗਾ ਪਰ ਉਹਦੇ ਵਿੱਚ ਮਤਲਬ ਕਈ ਬੰਦੇ ਇੱਦਾਂ ਦੇ ਨੇ ਮਤਲਬ ਗੁੰਡਾ ਟੈਕਸ ਦੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਇਕੱਠੇ ਕਰਕੇ ਮਤਲਬ ਆਪ ਪੈਸੇ ਖਾਂਦੇ ਆ ਅਗਰ ਅਸੀਂ ਇਹਨਾਂ ਨੂੰ ਮਾਈਨਿੰਗ ਡਿਪਾਰਟਮੈਂਟ ਨੂੰ ਦੱਸਦੇ ਹਾਂ ਅਫਸਰ ਵੀ ਸਾਡੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਤਾਂ ਦੇਣੀ ਪੈਣੀ ਇਹਦਾ ਕੋਈ ਹੱਲ ਨਹੀਂ ਹੈਗਾ ਲੇਕਿਨ ਅੱਜ ਰੇਤਾ ਦੀ ਕੋਸਟ ਹੈ ਜਿਹੜੀ ਸੀਮੈਂਟ ਰੇਤ ਬਜਰੀ ਨਾਲੋਂ ਵੀ ਉੱਪਰ ਜ਼ਿਆਦਾ ਚਲੀ ਗਈ ਸਰੀਆ ਨਹੀਂ ਚੁੱਭਦਾ ਸ਼ਾਇਦ ਅੱਜ ਕੱਲ੍ਹ ਰੇਤਾ ਚੁੱਭਦਾ ਰੇਤਾ ਬਹੁਤ ਚੁੱਭਦਾ ਜੀ ਰੇਤਾ ਚੁੱਭਦਾ ਜੀ ਪ੍ਰਾਈਮ ਉਤੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਦੋਸਤੋ ਜਿੱਦਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਕਾਬਜ਼ ਹੁੰਦੀ ਆ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰਕੇ ਆਈ ਸੀ ਪਰ ਰਾਹਤ ਤੋਂ ਹੁਣ ਜਾਇਦ ਉਲਟਾ ਹੋਣ ਲੱਗ ਗਿਆ ਲੋਕ ਪਰੇਸ਼ਾਨ ਹੋਣ ਲੱਗ ਗਏ ਨੇ ਬੀਤੇ ਕਾਫੀ ਸਮੇਂ ਤੋਂ ਇੱਕ ਮੁੱਦਾ ਚੱਲਦਾ ਪਿਆ ਟਿੱਪਰ ਐਸੋਸੀਏਸ਼ਨ ਦਾ ਸੋ ਟਿੱਪਰ ਐਸੋਸੀਏਸ਼ਨ ਵੱਲੋਂ ਜਗ੍ਹਾ ਜਗ੍ਹਾ ਧਰਨੇ ਲਾਏ ਜਾਂਦੇ ਆ ਆਪਣੀਆਂ ਮੰਗਾਂ ਦੀ ਗੱਲ ਕੀਤੀ ਜਾਂਦੀ ਆ ਪਰ ਉਹਨਾਂ ਦੇ ਨਾਲ ਨਾਲ ਟਿੱਪਰ ਐਸੋਸੀਏਸ਼ਨ ਦੇ ਨਾਲ ਨਾਲ ਜਿਹੜੇ ਲੋਕ ਆ ਉਹ ਵੀ ਦਿਨ ਪਰ ਦਿਨ ਜਿਹੜਾ ਕੀ ਆ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਆ ਪਹਿਲਾਂ ਜੇ ਗੱਲ ਕਰੀਏ ਤਾਂ ਇੱਕ ਘਰ ਬਣਾਉਣਾ ਹੁੰਦਾ ਸੀ ਤਾਂ ਰੇਤਾ ਚਾਹੇ ਕਹਿੰਦੇ ਸੀ ਬਲੈਕ 'ਚ ਮਿਲਦੀ ਚਾਹੇ ਕੁਛ ਮਿਲਦੀ ਆ ਪਰ ਬਹੁਤ ਘੱਟ ਰੇਟ 'ਤੇ ਵਾਜਿਬ ਰੇਟ 'ਤੇ ਉਹਨਾਂ ਨੂੰ ਮਿਲ ਜਾਂਦੀ ਸੀ ਪਰ ਜਿਹੜਾ ਕਿ ਹੁਣ ਜਿੱਦਾਂ ਸਰਕਾਰ ਕਹਿੰਦੀ ਆ ਵੀ ਅਸੀਂ ਲੋਕਾਂ ਨੂੰ ਘੱਟ ਰੇਟ 'ਤੇ ਰੇਤਾ ਦੇ ਰਿਹਾ ਪਰ ਉਲਟਾ ਉਹਦਾ ਖਮਿਆਜ਼ਾ ਲੋਕਾਂ ਨੂੰ ਜ਼ਿਆਦਾ ਮਹਿੰਗਾ ਭੁਗਤਣਾ ਪੈ ਰਿਹਾ ਚਾਹੇ ਉਹ 'ਚ ਟਿੱਪਰ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਚਾਹੇ ਰੇਤਾ ਵਾਲਿਆਂ ਦੀ ਤਾਂ ਉਹਨਾਂ 'ਚੋਂ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਕੀ ਮਾਮਲਾ ਸਾਡੇ ਨਾਲ ਟਿੱਪਰ ਐਸੋਸੀਏਸ਼ਨ ਦੇ ਮੁਹੰਮਦ ਇਲਿਆਸ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਹੱਥ 'ਚ ਕੋਈ ਕਾਗਜ਼ ਵੀ ਆ ਪਹਿਲਾਂ ਤਾਂ ਕਾਗਜ਼ਾਂ 'ਤੇ ਨਿਗਾਹ ਮਰਵਾਉਂਦੇ ਆ ਸੋ ਇਲਿਆਸ ਜੀ ਇਹ ਕੀ ਮੁੱਦਾ ਆ ਇੱਥੇ ਜਿਹੜਾ ਅੱਜ ਲੈ ਕੇ ਪਹੁੰਚੇ ਹੋ ਗੋਗੀ ਜੀ ਦੇ ਘਰੇ ਇਹ ਸਰ ਅੱਜ ਸਾਡੀ ਲੁਧਿਆਣਾ ਟਿੱਪਰ ਐਸੋਸੀਏਸ਼ਨ ਔਰ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਲੁਧਿਆਣੇ ਦੀ ਸਾਰੀ ਇਕੱਠੀ ਹੋਈ ਹੈਗੀ ਆ ਸਰਕਾਰ ਨੇ ਜਗ੍ਹਾ ਜਗ੍ਹਾ ਤੇ ਲੁਧਿਆਣੇ ਮਤਲਬ ਡੰਪ ਖੋਲ ਦਿੱਤੇ ਨੇ ਸਰਕਾਰੀ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਅਸੀਂ 20 ਰੁਪਏ ਤੋਂ ਲੈ ਕੇ 26 ਰੁਪਏ ਫੁੱਟ ਤੱਕ ਮਤਲਬ ਰੇਤਾ ਮਤਲਬ ਗਾਹਕ ਨੂੰ ਦੇਵਾਂਗੇ ਮਤਲਬ ਇਹ ਦੇਖੋ ਤੁਸੀਂ ਮਤਲਬ ਸਾਨੂੰ ਮਤਲਬ ਜਿਹੜਾ ਖਰਚਾ ਪੈ ਰਿਹਾ ਹੈਗਾ 29 ਰੁਪਏ ਫੁੱਟ ਤੋਂ ਲੈ ਕੇ ਚਾਹੇ ਅਸੀਂ ਹਿਮਾਚਲ ਤੋਂ ਭਰੀਏ ਚਾਹੇ ਆਦਰਾਮਾਨ ਤੋਂ ਭਰੀਏ ਚਾਹੇ ਰਤਨਗੜ੍ਹ ਤੋਂ ਭਰੀਏ ਇਹ ਜੈਨੂਨ ਬਿਲਕੁਲ ਖਰਚੇ ਨੇ 29 ਰੁਪਏ ਤੋਂ ਲੈ ਕੇ 32 ਰੁਪਏ ਫੁੱਟ ਸਾਨੂੰ ਘਰ ਪੈ ਰਿਹਾ ਰੇਤਾ ਅਸੀਂ ਕਿੱਦਾਂ 26 ਰੁਪਏ ਜਾਂ 20 ਰੁਪਏ ਫੁੱਟ ਵੇਚ ਸਕਦੇ ਹਾਂ ਰੇਤਾ ਸਰਕਾਰ ਨੇ ਡੰਪ ਇਸ ਕਰਕੇ ਖੋਲ੍ਹੇ ਨੇ ਕਿ ਅਸੀਂ 26 ਰੁਪਏ ਵੇਚਾਂਗੇ ਤਾਂ ਟਿੱਪਰ ਵਾਲਿਆਂ ਦੀ ਔਰ ਦੁਕਾਨਦਾਰਾਂ ਦੀ ਮਜਬੂਰੀ ਬਣ ਜੂਗੀ ਉਹਨਾਂ ਨੂੰ ਵੀ ਇਸੇ ਰੇਟ 'ਤੇ ਰੇਤਾ ਵੇਚਣਾ ਪਊਗਾ ਜੀ ਪਰ ਜਿਹੜੇ 26 ਰੁਪਏ ਸਰਕਾਰ ਵੇਚ ਰਹੀ ਹੈ ਉਹਦੇ ਵਿੱਚ ਕੀ ਉਹ ਟਿੱਪਰ ਤੱਕ ਜਾਂ ਟਰਾਲੀ ਤੱਕ ਘਰ ਪਹੁੰਚ ਦੇ ਰਹੀ ਹੈ ਕਿ ਸਿਰਫ ਡੰਪ ਤੋਂ ਸਿਰਫ ਖਾਲੀ ਰੇਤਾ ਦੇ ਰਹੀ ਹੈ ਇਹ ਸਰ ਡੰਪ ਤੋਂ 26 ਰੁਪਏ ਫੁੱਟ ਦੇ ਰਿਹਾ ਬਾਕੀ ਉੱਤੇ 4 ਰੁਪਏ ਖਰਚਾ ਲਗਾ ਲਓ ਤੁਸੀਂ ਯਾਨੀ ਕਿ 30 ਰੁਪਏ ਫੁੱਟ ਗਾਹਕ ਨੂੰ ਘਰੇ ਪਹੁੰਚੇਗਾ ਰੇਤਾ ਜੀ ਨੂੰ ਥੋੜ੍ਹੀ ਚਾਹੀਦੀ ਲਿਫਾਫਿਆਂ 'ਚ ਲੈ ਕੇ ਆਏਗਾ ਜੀ ਸਰ ਮਤਲਬ ਫਿਰ ਉਹ ਕਾਰਾਂ ਮਦਕਾਰਾਂ ਜਿੱਦਾਂ ਮਰਜ਼ੀ ਲੈ ਕੇ ਜਾਵੇ ਉਹਦੀ ਹੈੱਡ ਕਾ ਗਾਹਕ ਦੀ ਬਾਕੀ ਮਤਲਬ ਇਹਨੇ ਸਰਕਾਰ ਨੇ ਮਤਲਬ ਜਿਹੜੇ ਡੰਪ ਖੋਲ੍ਹੇ ਆ ਇਹਦੇ ਨਾਲ ਮਤਲਬ ਕਿੰਨਾ ਲੱਖਾਂ ਬੰਦਾ ਮਤਲਬ ਬੇਰੋਜ਼ਗਾਰ ਹੋ ਜਾਣਾ ਪੰਜਾਬ ਦੇ ਵਿੱਚ ਭੁੱਖਮਰੀ ਪੈ ਜਾਣੀ ਆ ਜਿਨ੍ਹਾਂ ਦੀਆਂ ਲੱਖ ਲੱਖ ਡੇਢ ਡੇਢ ਲੱਖ ਦੀਆਂ ਕਿਸ਼ਤਾਂ ਨੇ ਉਹ ਕਿੱਥੋਂ ਕੱਢਣਗੇ ਕਿਸ਼ਤਾਂ ਅਸੀਂ ਤਾਂ ਸਾਰੇ ਟਿੱਪਰ ਆਪਣੇ ਇਕੱਠੇ ਕਰਕੇ ਜਿਹੜੇ ਇਹਨਾਂ ਨੇ ਸਰਕਾਰੀ ਡੰਪ ਖੋਲ੍ਹੇ ਆ ਅਸੀਂ 2-3 ਦਿਨ ਸਿਰਫ ਦੇਖਣਾ ਹੈਗਾ ਅਸੀਂ ਉੱਥੇ ਖੜੇ ਕਰ ਦੇਣੇ ਆ ਕਿਉਂਕਿ ਸਾਡਾ ਤਾਂ ਰੋਜ਼ਗਾਰ ਚਲਾ ਗਿਆ ਪਰ ਚੰਨੀ ਸਰਕਾਰ ਵੇਲੇ 5 ਰੁਪਏ ਫੁੱਟ ਰੇਤਾ ਮਿਲਦੀ ਸੀ 5.5 ਰੁਪਏ ਫੁੱਟ ਅਤੇ ਪਿੱਛੇ ਜੇ ਮੈਂ ਵੀ ਖਬਰ ਕਰਕੇ ਆਇਆ ਜਿਹੜਾ ਕਿ ਆਪਾਂ ਗੱਲ ਕਰੀਏ ਇੱਧਰਲੇ ਪਾਸੇ ਆਪਣੇ ਕਾਕੋਵਾਲ ਰੋਡ ਤੋਂ ਪਿੱਛੇ ਜਾ ਕੇ ਜਿਹੜੀ ਖੱਡਾ ਪੈਂਦੀ ਆ ਉੱਥੇ ਜਾ ਕੇ ਮੈਂ ਵੀ ਕਰਕੇ ਆਇਆ ਸੀਗਾ ਉੱਥੇ ਉਹ ਕਹਿੰਦੇ ਵੀ 7.20 ਰੁਪਏ ਅਸੀਂ ਦੇ ਰਹੇ ਹਾਂ ਰੇਤਾ ਅਤੇ ਜਿਹੜਾ ਬਾਕੀ ਅਸੀਂ ਇੱਥੋਂ 7.20 ਰੁਪਏ ਦੇ ਰਹੇ ਹਾਂ ਬਾਕੀ ਜਿਹੜਾ ਸਾਰਾ ਟਿੱਪਰ ਵਾਲੇ ਕੀ ਵੇਚਦੇ ਰੇਟ ਉਹਨਾਂ ਨੂੰ ਪਤਾ ਇਹ ਸਰ ਜਿਹੜੀ ਚੰਨੀ ਸਰਕਾਰ ਸੀਗੀ ਉਹ 5.5 ਰੁਪਏ ਫੁੱਟ ਭਰਾਉਂਦੇ ਸੀਗੇ ਉੱਥੋਂ ਬਾਕੀ ਉੱਥੋਂ ਮਤਲਬ ਰਸਤੇ ਦੇ ਮਤਲਬ ਪੈਸੇ ਲੈ ਲੈਂਦੇ ਆ ਪਿੰਡਾਂ ਵਾਲੇ
ਜਾਂ ਮਤਲਬ ਕੋਈ ਮਤਲਬ ਗੁਰਦੁਆਰਾ ਸਾਹਿਬ ਦੀ ਪਰਚੀ ਲੱਗ ਜਾਂਦੀ ਆ ਜਾਂ ਮਤਲਬ ਲੇਬਰ ਲੈ ਲੈਂਦੀ ਆ ਉਹ ਪਾ ਕੇ 7-7.5 ਰੁਪਏ ਫੁੱਟ ਸਾਨੂੰ ਪੈਂਦਾ ਸੀਗਾ ਉੱਥੇ ਉਹ ਪਰਚੀਆਂ ਕਾਹਦੀਆਂ ਜੀ ਉਹ ਸਿਰ ਸਮਝ ਲਓ ਮਤਲਬ ਅਸੀਂ ਜੇ ਨਹੀਂ ਦਿੰਦੇ ਸਾਡੀ ਗੱਡੀ ਨਹੀਂ ਲੰਘਣ ਦਿੰਦੇ ਇਹ ਜਿੱਥੇ ਮਰਜ਼ੀ ਤੁਸੀਂ ਹੁਣ ਚਲੇ ਜਾਓ ਆਦਰਾਮਾਨ ਜਿਹਨੂੰ ਆਪਾਂ ਗੁੰਡਾ ਟੈਕਸ ਕਹਿ ਸਕਦੇ ਹਾਂ ਮਤਲਬ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਲੈਂਦੇ ਚਲੋ ਗੁਰਦੁਆਰਾ ਸਾਹਿਬ ਜਾਣ ਤਾਂ ਸਾਨੂੰ ਕੋਈ ਦੁੱਖ ਨਹੀਂ ਹੈਗਾ ਪਰ ਉਹਦੇ ਵਿੱਚ ਮਤਲਬ ਕਈ ਬੰਦੇ ਇੱਦਾਂ ਦੇ ਨੇ ਮਤਲਬ ਗੁੰਡਾ ਟੈਕਸ ਦੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਇਕੱਠੇ ਕਰਕੇ ਮਤਲਬ ਆਪ ਇਹ ਖਾਂਦੇ ਆ ਅਗਰ ਅਸੀਂ ਇਹਨਾਂ ਨੂੰ ਮਾਈਨਿੰਗ ਡਿਪਾਰਟਮੈਂਟ ਨੂੰ ਦੱਸਦੇ ਹਾਂ ਅਫਸਰ ਵੀ ਸਾਡੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਇਹ ਤਾਂ ਦੇਣੇ ਹੀ ਪੈਣੇ ਆ ਤਾਂ ਕੋਈ ਹੱਲ ਨਹੀਂ ਹੈਗਾ ਅਤੇ ਇਹਦੇ ਵਿੱਚ ਤੁਹਾਨੂੰ ਹੋਰ ਕਿਹੜੇ ਕਿਹੜੇ ਖਰਚੇ ਜਿਹੜੇ ਕਿ ਨਜਾਇਜ਼ ਤੌਰ 'ਤੇ ਪੈਂਦੇ ਆ ਸਰ ਹੁਣ ਜਦੋਂ ਪਹਿਲਾਂ ਸਰਕਾਰਾਂ ਸੀਗੀਆਂ ਮਤਲਬ ਇਹ ਸਰਕਾਰ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਸਾਡੀ ਜਗ੍ਹਾ ਜਗ੍ਹਾ ਤਾਂ ਟਿੱਪਰ ਰੋਕ ਕੇ ਹੈ ਨਾ ਪੁਲਿਸ ਵੱਲੋਂ ਵੀ ਸਾਨੂੰ ਤੰਗ ਕੀਤਾ ਜਾਂਦਾ ਪਹਿਲਾਂ ਤਾਂ 100-200 ਰੁਪਏ ਲੈ ਲੈਂਦੇ ਸੀ ਹੁਣ 1000 ਰੁਪਏ ਤੋਂ ਘੱਟ ਐਂਟਰੀ ਨਹੀਂ ਲੈਂਦੇ ਯਾਨੀ ਕਿ ਸਰਕਾਰਾਂ ਚੇਂਜ ਜਿਹੜੀ ਸਰਕਾਰ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਉਹ ਭ੍ਰਿਸ਼ਟਾਚਾਰ ਦੀ ਕੀਮਤ 10 ਗੁਣਾ ਵੱਧ ਗਈ ਬਿਲਕੁਲ ਸਰ ਵੱਧ ਗਈ ਹੈ ਕਿਉਂਕਿ ਸਰਕਾਰ ਨੇ ਸਖਤੀ ਕੀਤੀ ਹੋਈ ਆ ਮਤਲਬ ਹਰੇਕ ਬੰਦੇ ਤੋਂ ਤਾਂ ਲੈ ਨਹੀਂ ਸਕਦੇ ਹੁਣ ਸਾਡੇ ਕੋਲ ਤਾਂ ਮਤਲਬ ਪਹਿਲਾਂ ਵੀ ਮਤਲਬ ਸਾਨੂੰ ਪੈਸੇ ਦੇ ਕੇ ਚਲਾਉਣੇ ਪੈਂਦੇ ਸੀਗੇ ਟਿੱਪਰ ਹੁਣ ਅੱਜ ਵੀ ਅਸੀਂ ਪੈਸੇ ਦੇ ਕੇ ਚਲਾ ਰਹੇ ਹਾਂ ਮਖੋਟੇ ਬਦਲੇ ਜਿਹੜੇ ਅੰਦਰ ਰਾਖਸ਼ਸ ਆ ਉਹੀ ਹੈ ਸਰ ਮਤਲਬ ਸਰਕਾਰ ਚਲੋ ਨਵੀਂ ਸਰਕਾਰ ਆ ਸਰਕਾਰ ਦਾ ਹੁਣ ਇਹਦਾ ਸਮਾਂ ਘੱਟ ਹੋਇਆ ਹੈਗਾ ਸਾਨੂੰ ਸਰਕਾਰ 'ਤੇ ਉਮੀਦ ਆ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਹੁਣ ਅਸੀਂ ਗੋਗੀ ਜੀ ਕੋਲ ਆਏ ਸੀਗੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦਾ ਹੱਲ ਕੀਤਾ ਜਾਊਗਾ ਤੁਹਾਨੂੰ ਲੱਗਦਾ ਕਿ ਇਹ ਸਮੱਸਿਆ ਸਿਰਫ ਤੁਹਾਡੀ ਹੈ ਇਹ ਜਨਤਾ ਦੀ ਨਹੀਂ ਹੈਗੀ ਕਿਉਂਕਿ ਜਦੋਂ ਤੁਸੀਂ 32 ਫੁੱਟ ਵੇਚੋਗੇ ਜਾਂ 40-50 ਹਜ਼ਾਰ ਦਾ ਟਿੱਪਰ ਵੇਚੋਗੇ ਇੱਕ ਬੰਦਾ ਜਿਹਨੇ ਇੱਕ ਘਰ ਬਣਾਉਣਾ ਹੋਵੇ ਲੱਗਦਾ ਉਹ ਘਰ ਬਣਾ ਲਏਗਾ ਅੱਜ ਦੀ ਡੇਟ 'ਚ ਬਹੁਤ ਮੁਸ਼ਕਲ ਆ ਸਰ ਬਹੁਤ ਮੁਸ਼ਕਲ ਆ ਸਰਕਾਰ ਨੂੰ ਚਾਹੀਦਾ ਹੈਗਾ ਕਿ ਮਤਲਬ ਰਾਇਲਟੀ ਫ੍ਰੀ ਕਰ ਦੇਵੇ ਮਤਲਬ ਉੱਥੇ ਸਿਰਫ ਭਰਾਈ ਦੇ ਪੈਸੇ ਲੱਗਣ ਜਿਹੜੇ ਮਸ਼ੀਨ ਦੇ ਲੱਗਦੇ ਆ ਅਤੇ ਅਸੀਂ ਵੀ ਬਾਜ਼ਾਰ ਦੇ 'ਚ ਰੇਤਾ ਮਤਲਬ ਸਸਤਾ ਲਾਈਏ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਮਤਲਬ ਖੱਡਾਂ ਚਲਾਉਣ ਇਨਵਾਇਰਮੈਂਟ ਕਲੀਅਰੈਂਸ ਨਾ ਹੋਣ ਕਰਕੇ ਸਾਰਾ ਕੰਮ ਪੰਜਾਬ ਦੇ 'ਚ ਬੰਦ ਪਿਆ ਜਿਹੜੇ 2-3 ਪੁਆਇੰਟ ਮਤਲਬ ਹੁਣ ਚੱਲ ਰਹੇ ਆ ਜਾਂ ਹਿਮਾਚਲ ਆਦਰਾਮਾਨ ਜਾਂ ਮਤਲਬ ਇੱਧਰ ਰਤਨਗੜ੍ਹ ਮਤਲਬ ਇਹ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਸਪਲਾਈ ਵਧਾਈ ਜਾਵੇ ਪਰ ਕੁਛ ਜਗ੍ਹਾ 'ਤੇ ਸਰ ਧੱਕਾ ਕੀਤਾ ਜਾ ਰਿਹਾ ਹੈਗਾ ਸਿਰਫ ਪਿੰਡਾਂ ਦੇ 'ਚ ਜਿਹੜਾ ਕੰਮ ਚੱਲ ਰਿਹਾ ਪਿੰਡਾਂ ਦੀਆਂ ਗੱਡੀਆਂ ਭਰੀਆਂ ਜਾਂਦੀਆਂ ਨੇ ਉਹ ਸਾਡਾ ਕੋਈ ਹੱਲ ਨਹੀਂ ਕਰ ਰਿਹਾ ਨਾ ਮਾਈਨਿੰਗ ਡਿਪਾਰਟਮੈਂਟ ਕਰ ਰਿਹਾ ਨਾ ਸਰਕਾਰ ਕਰ ਰਹੀ ਆ ਅਗਰ ਲੁਧਿਆਣੇ ਦੀਆਂ ਗੱਡੀਆਂ ਭਰਨਗੀਆਂ ਤਾਂ ਹੀ ਲੁਧਿਆਣੇ ਦੇ ਵਿੱਚ ਰੇਤਾ ਆਊਗਾ ਅਗਰ ਅਸੀਂ ਮਿੰਨਤਾਂ ਕਰੀਏ ਜੋ ਮਰਜ਼ੀ ਕਰੀਏ ਜਿਹੜੇ ਪਿੰਡ ਕੰਮ ਚੱਲਦਾ ਪਿੰਡ ਦੀਆਂ ਹੀ ਗੱਡੀਆਂ ਭਰਦੀਆਂ ਨੇ ਉਹੀ ਕੰਮ ਕਰ ਰਹੇ ਨੇ ਸੋ ਦੱਸ ਦਿਓ ਕਿ ਜਦੋਂ ਕਿਸੇ ਦਾ ਆਸ਼ਿਆਨਾ ਢਾਣਾ ਹੋਵੇ ਤਾਂ ਸਰਕਾਰ ਦਾ ਪੀਲਾ ਪੰਜਾ ਐਂ ਫਿਰਦਾ ਵੀ ਸ਼ਾਇਦ ਉਸ ਪੀਲੇ ਪੰਜੇ ਦੇ ਅੱਗੇ ਕੋਈ ਟਿਕ ਨਹੀਂ ਪਾਏਗਾ ਪਰ ਉਸ ਪੀਲੇ ਪੰਜੇ ਦੇ ਵਿੱਚ ਕਈਆਂ ਦੀ ਖੂਨ ਪਸੀਨੇ ਦੀ ਮਿਹਨਤ ਉਹ ਲੱਗੀ ਹੁੰਦੀ ਆ ਆ ਰੇਤਾ ਇਹ ਰੇਤਾ ਜਿਹੜੀ ਆਈਟਮ ਰੇਤਾ ਇਹਨੂੰ ਰੇਤਾ ਨਾ ਗਿਣੋ ਇਹਨੂੰ ਸੋਨੇ ਦੇ ਭਾਅ ਤਾਂ ਤੋਲ ਕੇ ਦੇਖੋ ਅਤੇ ਸ਼ਾਇਦ ਸੋਨੇ ਦਾ ਭਾਅ ਫਿੱਕਾ ਪੈ ਜਾਂਦਾ ਪਰ ਸਰਕਾਰਾਂ ਵਾਅਦਾ ਕਰਕੇ ਆਈਆਂ ਸੀ ਗਰੀਬ ਆਦਮੀ ਤੱਕ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਦੀ ਪਹਿਲ ਦੇਵਾਂਗੇ ਪਰ ਅੱਜ ਆ ਤੁਸੀਂ ਦੇਖ ਰਹੇ ਹੋ ਇੱਕ ਵਾਰ ਕੈਮਰਾਮੈਨ ਘੁੰਮਾ ਕੇ ਦਿਖਾਉਣਾ ਚਾਹੁੰਦਾ ਆਲੇ ਦੁਆਲੇ ਜਿਹੜੇ ਹੋਰ ਲੋਕ ਇੱਧਰ ਵੀ ਆਲੇ ਦੁਆਲੇ ਖੜ੍ਹੇ ਨੇ ਆਪਣੇ ਆਪਣੇ ਸੋ ਉਹ ਲੋਕ ਵੀ ਪਰੇਸ਼ਾਨ ਨੇ ਦੁਕਾਨਦਾਰ ਵੀ ਇੱਥੇ ਪਹੁੰਚੇ ਹੋਏ ਨੇ ਦੁਕਾਨਦਾਰਾਂ ਨੂੰ ਦੁਕਾਨਦਾਰੋ ਜੀ ਹਾਂਜੀ ਦੁਕਾਨਦਾਰੋ ਕੀ ਕਹੋਗੇ ਕਿ ਜਿੱਦਾਂ ਆਈਟਮ ਰੇਤਾ ਦਾ ਹਾਲ ਆ ਟਿੱਪਰ ਵਾਲੇ ਤਾਂ ਪਰੇਸ਼ਾਨ ਆ ਜਦੋਂ ਆਈਟਮ ਕਿੰਨੇ ਪਰਸੈਂਟ ਗਾਹਕੀ ਰਹਿ ਗਈ ਆ ਜਿਹੜਾ ਲੋਕ ਘਰ ਬਣਾਉਣ ਵਾਲੇ ਗਾਹਕੀ ਅਸੀਂ ਬਿਲਕੁਲ ਤਕਰੀਬਨ ਵਿਹਲੇ ਹੋਣ ਵਰਗੇ ਹੋਏ ਪਏ ਹਾਂ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਰੇਤਰੀ ਜਿਹੜੀ ਅਵੇਲੇਬਿਲਿਟੀ ਵਧਾਉਂਦੀ ਮਾਰਕੀਟ ਦੇ ਵਿੱਚ ਟਿੱਪਰਾਂ ਨੂੰ ਜਿਹੜਾ ਨੇੜਿਓਂ ਰੇਤਾ ਮਿਲਦਾ ਇਹਨਾਂ ਨੂੰ ਨੇੜਿਓਂ ਮਿਲਦਾ ਤਾਂ ਇਹਨਾਂ ਦਾ ਖਰਚੇ ਘੱਟ ਜਾਂਦੇ ਤਾਂ ਸਾਡੇ ਤੱਕ ਰੇਤਾ ਸਸਤਾ ਪਹੁੰਚਦਾ ਬਿਲਕੁਲ ਜਦ ਹੁਣ ਸਾਡੇ ਤੱਕ ਸਸਤਾ ਪਹੁੰਚਦਾ ਫਿਰ ਹੀ ਅਸੀਂ ਉਹਨੂੰ ਸਸਤਾ ਦੇ ਸਕਦੇ ਸੀਗੇ ਲੇਕਿਨ ਹੁਣ ਤਾਂ ਇਹ ਹੋ ਗਿਆ ਕਿ ਬੈਂਸ ਸਾਹਿਬ ਜੀ ਇੰਟਰਵਿਊ 'ਚ ਕਹਿੰਦੇ ਨੇ ਜਦੋਂ ਮੋਹਾਲੀ ਲਾਂਚ ਕੀਤਾ ਸੀਗਾ ਵੀ ਮਾਫੀਆ ਤਾਂ ਪਹਿਲਾਂ ਰੇਤ ਮਾਫੀਆ ਦੱਸਦੇ ਸੀ ਹੁਣ ਟਿੱਪਰ ਮਾਫੀਆ ਅਤੇ ਦੁਕਾਨਦਾਰ ਮਾਫੀਆ ਹੋ ਗਿਆ ਮਾਫੀਆ ਤਾਂ ਤੁਸੀਂ ਬਣੋਗੇ ਹੀ ਬਣੋਗੇ ਕਿਉਂਕਿ ਜੇ ਮਹਿੰਗਾ ਮਿਲਦਾ ਮਹਿੰਗਾ ਵੇਚੋਗੇ ਅੱਜ ਜੇ ਤੁਹਾਡੇ ਕੋਲ ਟਿੱਪਰ ਵਾਲੇ ਇਕੱਠਾ ਲਾ ਦਿੰਦੇ ਆ ਚਲੋ ਤੁਸੀਂ ਟਰਾਲੀਆਂ ਕਰਕੇ ਵੇਚਣਾ ਤੁਹਾਡੇ ਕੋਲ ਜ਼ਰੂਰਤਮੰਦ ਲੋਕ ਵੀ ਆਉਂਦੇ ਹੋਣਗੇ ਲੱਗਦਾ ਤੁਹਾਡੇ ਕੋਲ ਆ ਕੇ ਲੋਕਾਂ ਦੇ ਚਿਹਰੇ ਉੱਤਰੇ ਹੁੰਦੇ ਆ ਜਿਹੜੇ ਉਹਨਾਂ ਦੇ ਮੁਰਝਾਏ ਹੁੰਦੇ ਆ ਕਿਉਂਕਿ ਜਿਹਨੇ ਇੱਕ ਕੰਧ ਵੀ ਪਲੱਸਤਰ ਕਰਾਉਣੀ ਹੋਵੇ ਸ਼ਾਇਦ ਲੱਗਦਾ ਹੁਣ ਉੱਤੇ ਸੋਨੇ ਚਾਂਦੀ ਦਾ ਵਰਕ ਚੜ੍ਹਾਉਣ ਵਾਲਾ ਕੰਮ ਹੋਇਆ ਹੋਇਆ ਬਿਲਕੁਲ ਸਹੀ ਗੱਲ ਹੈ ਜੀ ਜਦ ਉਹਨਾਂ ਨੂੰ ਦੱਸਦੇ ਹਾਂ ਰੇਟ ਤਾਂ ਉਹਨਾਂ ਦਾ ਮੂੰਹ ਅੱਡੇ ਰਹਿ ਜਾਂਦਾ ਯਾਰ ਕੀ ਕਰਾਂਗੇ ਕਿਉਂਕਿ ਜਦ ਪਹਿਲਾਂ ਅਸੀਂ ਤਕਰੀਬਨ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਦੁਕਾਨਦਾਰੀ ਕਰਦੇ ਨੂੰ ਰੇਤੇ ਨੂੰ ਹੁੰਦਾ ਸੀ ਵੀ ਰੇਤੇ ਦਾ ਕੋਈ ਗਿਣਦਾ ਨਹੀਂ ਸੀ ਰੇਤਰੀ ਕੋਸਟ ਲੇਕਿਨ ਅੱਜ ਰੇਤਾ ਦੀ ਕੋਸਟ ਹੈ ਜਿਹੜੀ ਸੀਮੈਂਟ ਰੇਤ ਬਜਰੀ ਨਾਲੋਂ ਵੀ ਉੱਪਰ ਜ਼ਿਆਦਾ ਚਲੀ ਗਈ ਸਰੀਆ ਨਹੀਂ ਚੁੱਭਦਾ ਸ਼ਾਇਦ ਅੱਜ ਕੱਲ੍ਹ ਰੇਤਾ ਚੁੱਭਦਾ ਰੇਤਾ ਬਹੁਤ ਚੁੱਭਦਾ ਜੀ ਰੇਤਾ ਚੁੱਭਦਾ ਜੀ ਸੋ ਕੀ ਕਹਿਣਾ ਚਾਹੋਗੇ ਇੱਥੇ ਅੱਜ ਦੀ ਜਿਹੜਾ ਮਾਹੌਲ ਹੈ ਇਸ ਟਾਈਮ ਲੋਕਾਂ ਨੂੰ ਤਾਂ ਪਰੇਸ਼ਾਨੀ ਹੈ ਤੁਹਾਡਾ ਵੀ ਜਿਹੜਾ ਕੀ ਆ ਕਾਫੀ ਤੁਸੀਂ ਦੇਖ ਰਹੇ ਹੋ ਅਪਸੈਟ ਲੱਗ ਰਹੇ ਹੋ ਇੱਥੇ ਗੱਲ ਪਤਾ ਕੀ ਗੱਲ ਇਹ ਆ ਬਾਈ ਜੀ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਵੀ ਇਹ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦੇਖਦੀ ਫਿਰਦੀ ਸੀਗੀ ਸਾਨੂੰ ਰੰਗਲਾ ਪੰਜਾਬ ਤਾਂ ਨਹੀਂ ਰੁੜਦਾ ਪੰਜਾਬ ਜ਼ਰੂਰ ਦਿਖਦਾ ਪਿਆ ਤੁਸੀਂ ਦੇਖੋ ਵੀ ਆਮ
तुसी जबकि वह चीज़ा छड़ के उधर ध्यान छड़ के एक आम इंसान जिहड़ा 30-30 साल तो कारोबार कर रहा अपनी कमाई मेहनत करके अपना परिवार पाल रहा वह कारोबार खो के तुसी अपने लत्तां वसारना चाहते हो दसो की है ये की करना चाहते हो की दिखाना चाहते हो। मैं तो सरकार अगे एक हाथ जोड़ के बेनती करूँगा भी रेते का रेट घटाना चाहते हो तो खड्डा चलाओ सप्लाई वधाओ ना कि तुसी ये गुंडा राज चालू करो भी सरकार आप माल बेचूगी आप सब कुछ करूगी जे आप माल बेचना फिर साड़ियाँ गड्डिया सानू गड्डिया क्यों दे रहे हो लै के बंद करो सारिया एजेंसियां बंद करो ठीक है। रेता देखो इतों 10 किलोमीटर तो दरिया वगदा आ माल मंगाने 100-100 किलोमीटर तो 150-150 किलोमीटर तो जिते रे गड्डी का तेल ही एक 10-10 हज़ार का गड्डी आ जाती है तो उतों सरकार भरांदी आ 20-20 रुपये फुट तो आप कि सोच लेंगे कि रेट घट आ जाएंगे मार्केट च रेट मार्केट से घट लैके आने कारोबार वधाओ खड्डा वधाओ सप्लाई वधाओ रेट आपे ही कर जाएंगे पर आ काम ना करो। एक सरकार होर दसना चाहना आ जिहड़े सरकार ने अपने डंप चलाए आ वह सरकार तुरंत डंप अपने बंद करा दे आम इंसान को रोटी खाण दे नहीं तो असी जे साडा हल ना होया अज असी एम एल ए साहब को आए थे जे साडी गल ना सुनी गई कल परसों तिकर फिर असी उत्थे डंप ते जाके अपने टिप्पर ले आ के नाले चाबियां फड़ावांगे टिप्पर दीआं नाले दुकानां दी चाबियां देवांगे उत्थे ही बैठांगे धरना प्रदर्शन करांगे। सो रंगला पंजाब मेरा कंगला हो गया ये भी नाल जोड़ दें सो मुहम जे थे विधायक गोगी जी ने उन्होंने घर आए थे तो मंग पत्र दिता है सो देखते हैं इस टाइम गोगी जी का की कहना क्योंकि उम्मीदा नाल आए ने इत्थे सो दरबार लगा हुआ इत्थे सो देखते हैं विधायक गोगी जी इत्थे की कहिंदे ने ते उन्हां नाल भी गल करदे आ क्योंकि बड़िया उम्मीदा नाल इत्थे जिहड़े की आ जिहड़े टिप्पर एसोसीएशन के लोग पहुँचे ने उन्हां नाल गल करदे आ सो कहिंदे जिन्हों तो उम्मीद हुंदी आ उन्हां कोल ही पहुँचा जांदा सो इस टाइम जे गल करिए तो विधायक गोगी जी तो काफ़ी उम्मीदा लोगों को है तो लोग इन्हां तक ही पहुँच भी करते हैं तो बेशक टिप्पर एसोसीएशन का मुद्दा वो दरियाई कंढे के एम एल ए नाल हुंदा पर एटम जिहड़े एटम सेंटर के बैठे ने इन्हां दा दिल उत्थे इन्हां को लोग आते हैं गल करें क्योंकि जी टिप्पर एसोसीएशन बड़े तुहाडे को मान नाल आए ने बेशक तुहाडे तो काफ़ी दूर हद पर फिर भी मान नाल तुहाडे को पहुँचने की कहना चाहोगे किन्नियां उम्मीदां ने इन्हां नूं रोकी आइटम रेता तो तरस रहे ने गरीब बंदा घर बनाने तो दूर हो गया। देखो मैं तुहाडी हर गल नाल सहमत हाँ क्योंकि पिछलियां रवायती पार्टियां ने कुछ पॉलिसियां ही इदां दियां बनाईआं हुईआं सी जिहदे कारण हुण तक असी साडे पंजाब दे लोक संताप हो गए जिन्हों असी साडे जो मुख्यमंत्री पंजाब ने सरदार भगवंत सिंह मान जी उन्हां दी कहे करप्शन दे उत्ते जीरो टॉलरेंस है उहदे तहत यह असी सारियां पॉलिसियां नूं रिव्यू कर रहे हैगे किस तरीके नाल असी लोगों नूं असी राहत देनी हैगी आ महंगाई तो राहत देनी हैगी आ सैंड माफिया तो राहत देनी हैगी आ उहदे तहत इन्हां नूं कोई प्रॉब्लम सीगियां क्योंकि कुछ इन्हां दी रजिस्ट्रेशन नहीं सी हो रही कुछ रेट का फर्क हैगा जिदे लई मानयोग कैबिनेट मिनिस्टर माइनिंग साढ़े सरदार हरजोत सिंह बैंस जी नाल मेरी गल हो गई हैगी असी परसों वीरवार को 3 बजे दोपहर में सटन हाउस के इन्हों का डेपुटेशन मानयोग कैबिनेट मिनिस्टर बैंस साहब को मिला देंगे वो जो भी फैसला लैके इन्हों का जो भी बनता हक आ उसी दवा सो क्योंकि मैं किसी से व्यंग नहीं करता जो गल करते हैं चन्नी सरकार पाई थी कांग्रेस सरकार सी उस वे 5-5.5 रुपये फुट रेता सी आम तौर पर टिप्पर जोड़ा वो घर तक पहुँच 10-12 हज़ार तक हो जाती सी तो हूँ 7.5 रुपये रेता किया गया पिछे जी मैं न्यूज़ भी करके आया पर भी चलो 2-3 हज़ार का टिप्पर जो फर्क पैना चाहिए सर 7.5 रुपये ना 10-12 की जगह 15 हज़ार का रेता टिप्पर हो जाता पर जो आइटम गल करिए आइटम 40-50 हज़ार का टिप्पर एक घर पहुँच रहा है जे हुण गल करिए जिदा कि सरकार बेशक करप्शन के मुद्दे से आई है पर हुण एक रेता जो घर के किसी प्लस्तर कराना पैदा सोने चांदी के वर्क लाने वाली गल हो जाती है बहुत लोग औखे ने। देखो हुण तुसी सरकार ने तो डंप लाते हैं जगह जगह तुसी देखो शहर च आत्मनगर हल्के भी लगे इधर भी लग रहे हैं मतलब इस तरह लोगों के घर तक रेता पहुँचाने की साड़ी मुहिम हैगी आ ये पॉलिसी के तहत असी काम कर रहे हैं ठीक है भी सानू ये उजड़िया खुजड़िया पंजाब मिलिया इनू थोड़ा सैटअप करने टाइम लगेगा जिदे जिदी लड़ी के तहत साड़ी पंजाब सरकार साड़ी पूरी मुस्तैद है इस मसले साडे माननयोग मुख्यमंत्री साहब नाले साडे मिनिस्टर साहब MLA साहब सारी साडे जिन्ने भी प्रशासन हैगा सारे ब्यूरोक्रेसी सारे असी इस चीज़ के उत्ते लामबंद आ भी असी किस तरीके नाल लोगों नूं राहत देनी हैगी आ उहदे तहत असी बहुत आने वाले समय च तुहानूं इस चीज़ चों पब्लिक नूं निजात मिल जानी है जी। पर सर डंप के उत्तों 26-26 तो लैके 26 रुपये रेता कहा जा रहा भी मिलेगा भी पर जिहड़ा कि एक घर तक पहुँचा होएगा कि सिर्फ डंप तो 20-26 रुपये रेता मिलेगा भाड़ा अलग तो लाना पेगा
देखो ये डंप वाले जिस तरीके इन्होंने मैं दसिया भी 16,000 रुपया सानू रेते की गड्डी मिलती हैगी खर्चे खुर्चे पा के इन्होंने 29 रुपये समथिंग का रेट दसिया जो इन्होंने सानू लिखती तौर पर दिता मैनू वो असी हूँ प्रॉपर वे ना देखांगे कि कित्थे तक असी की कर सकते हैं इसलिए मीटिंग बुलाई हैगी असी फैसला लवेंगे भी इसनू किदां होर असी लोगों को दुरुस्त कर सकीए और टिप्पर वालिया का असी फायदा कर सकते हैं जो भी। सो विधायक जिहड़े गोगी जी उन्होंने लोगों दी उम्मीदां ते खरे उतर ने ते मान साहब तक कोल बह के भी गल करते हैं तो हरजोत बैंस जी नाल भी जिदा इन्होंने दस्सिया कि गल की है। सो आने वाले समय से देखते हैं कि लोगों को की राहत मिलती है कि नहीं मिलती क्योंकि उम्मीदा की सरकार आई सी पर जे लोग इस टाइम बुखलाए हुए ने तो वो कारण भी रिजल्ट भी सामने आने शुरू हो चुके हैं पर देखते हैं कि एक गरीब नूं अपना आशियाना बनाने लई किन्नी क जद्दोजहद करनी पैंदी है कि सरकार उन्हें राहत दे कोई पल देगी। सो नवीं अपडेट लई जुड़े रहो साडे नाल देखते रहो प्राइम न्यूज़ चैनल। कैमरामैन रोहित दे नाल मनोज जीरा।